ਗਿਆਨੀ ਹਰਪ੍ਰੀਤ ਸਿੰਘ ਜੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਕਟਿੰਗ ਜਥੇਦਾਰ ਮੈਂ ਉਹਨਾਂ ਨੂੰ ਤਿੰਨ ਸਵਾਲ ਪੁੱਛਣੇ ਚਾਹਨਾ ਵਾਂ ਆਨੇ 328 ਰੂਪ ਆਪ ਦੱਸੇ ਹੀ ਪਈ ਐਨੇ ਗੁੰਮ ਹੋਏ ਆ ਉਹਨਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਕੀ ਆਪਣਾ ਰੋਲ ਅਦਾ ਕੀਤਾ ਤੇ ਕੀ ਕਾਰਵਾਈ ਹੋਈ ਆ ਜਿਦੇ ਵਿੱਚ ਥਮਿੰਦਰ ਸਿੰਘ ਆਨੰਦ ਨੇ ਗੁਰਬਾਣੀ ਵਿੱਚ ਛੇੜਛਾੜ ਕੀਤੀ ਸੀ ਚైనా ਤੋਂ ਸਰੂਪ ਸਪਾਏ ਸੀਗੇ ਉਹਦੇ ਸਬੰਧ ਦੇ ਵਿੱਚ ਇਹਨਾਂ ਦੱਸਿਆ ਸੀ ਕਿ 3 ਜੂਨ ਤੱਕ ਅਸੀਂ ਕੋਈ ਨਾ ਕੋਈ ਨਿਰਣਾ ਲਵਾਂਗੇ ਉਹਦੇ ਬਾਰੇ ਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉਹਦੇ ਵਿੱਚ ਤੁਸੀਂ ਅੱਜ ਤੱਕ ਕੀ ਨਿਰਣਾ ਲਿਆ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਰਾਜਵੰਤ ਸਿੰਘ ਜਿਨ੍ਹਾਂ ਯੂਪੀਐਸ ਰਾਏ 165 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਪਾ ਕੇ ਚੈਨਾ ਤੋਂ ਛਪਾਈ ਕਰਵਾਈ ਜਿਹੜੀ ਆ ਉਹ ਮੰਗਵਾਏ ਸੀ ਇੱਕ ਤੇ ਇਹ ਮੈਂ ਪੁੱਛਣਾ ਚਾਹਨਾ ਵਾਂ ਭਈ ਉਹ ਜਿਹੜੀ ਨੌ ਮੈਂਬਰੀ ਕਮੇਟੀ ਬਣਾਈ ਇਹਨਾਂ ਨੇ ਇੱਥੋਂ ਲਿਸਟ ਭੇਜੀ ਸੀ ਭਾਈ ਸੁਵਿੰਦਰ ਸਿੰਘ ਰਾਗੀ ਨੇ ਤੇ ਮੁਖਤਿਆਰ ਸਿੰਘ ਮੁਖੀ ਨੇ ਜੋ ਸ਼੍ਰੋਮਣੀ ਕਮੇਟੀ ਦੇ ਬਹੁਤ ਨਜ਼ਦੀਕ ਇਹ ਇਹ ਵਿਅਕਤੀ ਨੇ ਇਹਨਾਂ ਨੇ ਭੇਜੀ ਸੀ ਉਹ 9 ਮੈਂਬਰ ਦੀ ਕਮੇਟੀ ਨੇ ਕੀ ਕੰਮ ਕੀਤਾ ਵਾ ਇਹ ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਸਾਨੂੰ ਦੱਸਿਆ ਜਾਵੇ ਜੇ ਲੱਤਾਂ ਨਹੀਂ ਪਾਰ ਚਲਦੀਆਂ ਤੇ ਪਾਸੇ ਹਟਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਨਾਗੋਕੇ ਹਜੂਰੀ ਰਾਗੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਾਧ ਸੰਗਤ ਜੀ ਪਿਛਲੇ ਦਿਨੀ ਅਸੀਂ ਇੱਕ ਸਹਿਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਯੂਪੀਐਸ ਰਾਹੀਂ ਇੱਥੇ ਅਮਰੀਕਾ ਦੇ ਵਿੱਚ ਭੇਜ ਗਿਆ ਸੀ ਚਾਰ ਪੰਜ ਥਾਂ ਤੇ ਉਹਦੇ ਸਬੰਧ ਦੇ ਵਿੱਚ ਇੱਕ ਮੁੱਦਾ ਚੁੱਕਿਆ ਸੀ ਤੇ ਸੰਗਤਾਂ ਸਾਡੇ ਕੋਲ ਜਵਾਬ ਪੁੱਛਣ ਡਈਆਂ ਵਾ ਵੀ ਭਾਈ ਸਾਹਿਬ ਜੀ ਉਹ ਉਸ ਦੇ ਬਾਰੇ ਸਾਨੂੰ ਕਲੀਅਰ ਕਰੋ ਵੀ ਉਹਦਾ ਕੀ ਬਣਿਆ ਵਾ ਉਦੇ ਬਾਰੇ ਦੇ ਵਿੱਚ ਮੈਂ ਅੱਜ ਆਪਣੀ ਇਸ ਵੀਡੀਓ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਕਟਿੰਗ ਜਥੇਦਾਰ ਮੈਂ ਉਹਨਾਂ ਨੂੰ ਤਿੰਨ ਸਵਾਲ ਪੁੱਛਣੇ ਚਾਹਨਾ ਵਾਂ ਸਭ ਤੋਂ ਪਹਿਲਾਂ ਤੇ ਇੱਕ ਜੋ ਉਹਨਾਂ ਨੇ 328 ਸਰੂਪ ਆਪ ਦੱਸੇ ਹੀ ਪਈ ਐਨੇ ਗੁੰਮ ਹੋਏ ਆ ਉਹਨਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਕੀ ਆਪਣਾ ਰੋਲ ਅਦਾ ਕੀਤਾ ਤੇ ਕੀ ਕਾਰਵਾਈ ਹੋਈ ਆ ਭਾਈ ਬਲਦੇਵ ਸਿੰਘ ਜੀ ਬਡਾਲਾ ਉਹ ਮੋਰਚਾ ਲਾ ਕੇ ਬੈਠੇ ਆ ਤੇ ਇਹਨਾਂ ਨੇ ਕੀ ਕਾਰਵਾਈ ਕੀਤੀ ਆ ਵੀ ਉਹ ਮੋਰਚੇ ਨੂੰ ਸਮਾਪਤ ਕੀਤਾ ਜਾਵੇ ਕਿਸੇ ਤਰੀਕੇ ਦੇ ਨਾਲ ਕੋਈ ਕਾਰਵਾਈ ਕੀਤੀ ਆ ਨੰਬਰ 2 ਜਹੇਦਾਰ ਜੀ ਨੇ 3 ਮਈ ਨੂੰ ਸਰੀਆਕਾ ਹਲ ਤੱਕ ਸਾਫ ਤੇ ਸਮੂਹ ਸੰਪਰਦਾਵਾਂ ਸਿੱਖ ਜਥੇਬੰਦੀਆਂ ਦੀ ਇੱਕ ਮੀਟਿੰਗ ਬਣਾਈ ਬੁਲਾਈ ਸੀ ਜਿਦੇ ਵਿੱਚ ਥਮਿੰਦਰ ਸਿੰਘ ਆਨੰਦ ਨੇ ਗੁਰਬਾਣੀ ਵਿੱਚ ਛੇੜਛਾੜ ਕੀਤੀ ਸੀ ਚੈਨਾ ਤੋਂ ਸਰੂਪ ਸਪਾਏ ਸੀਗੇ ਉਹਦੇ ਸਬੰਧ ਦੇ ਵਿੱਚ ਇਹਨਾਂ ਦੱਸਿਆ ਸੀ ਕਿ 3 ਜੂਨ ਤੱਕ ਅਸੀਂ ਕੋਈ ਨਾ ਕੋਈ ਨਿਰਣਾ ਲਵਾਂਗੇ ਉਹਦੇ ਬਾਰੇ ਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਆਂ ਭਈ ਉਹਦੇ ਵਿੱਚ ਤੁਸੀਂ ਅੱਜ ਤੱਕ ਕੀ ਨਿਰਣਾ ਲਿਆ ਤਿੰਨ ਜੂਨ ਵੀ ਨੰਗ ਗਈ 3 ਜੁਲਾਈ ਵੀ ਨੰਗ ਗਈ 3 ਅਗਸਤ ਵੀ ਨੰਗ ਗਈ ਹੁਣ 3 ਸਤੰਬਰ ਆਉਣ ਵਾਲਾ ਉਹਦੇ ਵਿੱਚ ਸੰਗਤਾਂ ਸਾਡੇ ਕੋਲੋਂ ਜਵਾਬ ਮੰਗਣ ਡੀਆਂ ਵਾ ਭਈ ਉਹਨਾਂ ਨੂੰ ਪੁੱਛੋ ਭਈ ਉਹਦੇ ਵਿੱਚ ਕੀ ਤੁਸੀਂ ਕਾਰਵਾਈ ਆਪਣੀ ਕੀਤੀ ਹੈ ਨੰਬਰ 3 ਦਾਸ ਨੇ ਮੈਰੀਲੈਂਡ ਦੇ ਇੱਕ ਗੁਰੂ ਘਰ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਰਾਜਵੰਤ ਸਿੰਘ ਜਿਨਨੇ ਜੁਪੀਐਸ ਰਾਹੀਂ 165 ਰੂਪ ਸੈਵ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਛਪਾ ਕੇ ਚੈਨਾ ਤੋਂ ਸਪਾਈ ਕਰਵਾਈ ਜਿਹੜੀ ਆ ਉਹ ਮੰਗਵਾਏ ਸੀ ਉਹਦੇ ਬਾਰੇ ਦੇ ਵਿੱਚ ਮੈਰੀਲੈਂਡ ਦੇ ਵਿੱਚ ਉਹਨੂੰ ਅਸੀਂ ਉੱਥੇ ਗੁਰਦੁਆਰਾ ਬਾਲਟਿਮੋਰ ਵਿੱਚ ਤਲਬ ਕੀਤਾ ਸੀਗਾ ਉੱਥੇ ਉਹਦੀ ਪੁੱਛ ਪੜਤਾਲ ਕੀਤੀ ਸੀ ਉਦੋਂ ਮੈਂ ਉੱਥੋਂ ਦੇ ਸਿੱਖਾਂ ਨੂੰ ਉਥਾਨੇ ਭਾਈ ਸੁਵਿੰਦਰ ਸਿੰਘ ਰਾਗੀ ਦਰਬਾਰ ਸਾਹਿਬ ਦੇ ਉਸ ਟਾਈਮ ਦੇ ਉੱਤੇ ਇੱਕ ਭਾਈ ਮੁਖਤਿਆਰ ਸਿੰਘ ਮੁਖੀ ਜੋ ਦਮਦਿਮਾ ਟਿਕਾਣਾ ਦੇ ਵਿਦਿਆਰਥੀ ਆ ਉਹ ਵੀ ਆਏ ਸੀਗੇ ਇਹਨਾਂ ਸਾਰਿਆਂ ਨੇ ਦੇ ਸਾਹਮਣੇ ਉਹਦੇ ਕੋਲ ਪੁਛ ਪੜਤਾਲ ਕੀਤੀ ਸੀ ਤੇ ਉਸ ਤੋਂ ਬਾਅਦ ਉੱਥੇ ਇਹ ਨਿਰਣਾ ਲਿਆ ਗਿਆ ਸੀ ਕਿ ਇੱਕ ਨੌ ਮੈਂਬਰੀ ਕਮੇਟੀ ਬਣਾਈ ਜਾਵੇ ਕਿ ਜਿਹੜੀ ਇਹਗਾ ਅਗਲੇ ਸਾਰੀ ਕਾਰਵਾਈ ਅਗਲੀ ਪੂਰੀ ਕਰੂਗੀ ਇੱਕ ਤੇ ਇਹ ਮੈਂ ਪੁੱਛਣਾ ਚਾਹੁੰਨਾ ਵਾਂ ਕਿ ਉਹ ਜਿਹੜੀ 9 ਮੈਂਬਰੀ ਕਮੇਟੀ ਬਣਾਈ ਇਹਨਾਂ ਨੇ ਇਥੋਂ ਲਿਸਟ ਭੇਜੀ ਸੀਗੀ ਭਾਈ ਸੁਵਿੰਦਰ ਸਿੰਘ ਰਾਗੀ ਨੇ ਤੇ ਮੁਖਤਿਆਰ ਸਿੰਘ ਮੁਖੀ ਨੇ ਜੋ ਸ਼੍ਰੋਮਣੀ ਕਮੇਟੀ ਦੇ ਬਹੁਤ ਨਜ਼ਦੀਕ ਇਹ ਵਿਅਕਤੀ ਨੇ ਇਹਨਾਂ ਨੇ ਭੇਜੀ ਸੀਗੀ ਉਹ 9 ਮੈਂਬਰੀ ਕਮੇਟੀ ਨੇ ਕੀ ਕੰਮ ਕੀਤਾ ਵਾ ਇੱਕ ਤੇ ਮੈਂ ਇਹ ਪੁੱਛਣਾ ਚਾਹੁੰਨਾ ਵਾਂ ਉਹ 9 ਮੈਂਬਰ ਹੀ ਹਲਕੀ ਕਮੇਟੀ ਬਣਾਈ ਨਹੀਂ ਤੇ ਦਾਸ ਨੇ ਟੈਕਸਸ ਦੇ ਵਿੱਚ ਜਾ ਕੇ ਤੇ ਇੱਕ ਹੋਰ ਵਿਅਕਤੀ ਜੋ ਗੁਰਮੀਤ ਸਿੰਘ ਪਾਟਿਆ ਨਾਮ ਦਾ ਉਹਨੇ 100 ਸਰੂਪ ਯੂਪੀਐਸ ਰਾਈ ਮੰਗਵਾਏ ਉਹ ਉਹਦੀ ਖੋਜ ਕੀਤੀ ਉਥੋਂ ਦੇ ਟੈਕਸਸ ਦੇ ਵਿੱਚ ਜਾ ਕੇ ਹੋਸਟਨ ਸ਼ਹਿਰ ਦੇ ਵਿੱਚ ਉਥੇ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਉਥੋਂ ਦੀ ਪ੍ਰਬੰਧਕ ਕਮੇਟੀ ਨੂੰ ਦਾਸ ਮਿਲਿਆ ਉਥੋਂ ਦੀਆਂ ਸੰਗਤਾਂ ਦੇ ਵਿੱਚ ਮੈਂ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਆਖਿਆ ਪਈ ਅਸੀਂ ਅਸੀਂ ਇਹਦਾ ਡਰ ਨਾ ਲਵਾਂਗੇ ਉਹਨਾਂ ਵੀ ਬਾਅਦ ਦੇ ਵਿੱਚ ਸਾਡਾ ਕੋਈ ਸਾਥ ਨਹੀਂ ਦਿੱਤਾ ਉਹ ਔੜਕ ਉਸ ਗੁਰਮੀਤ ਸਿੰਘ ਪਾਰਟੀਏ ਦੀ ਮਦਦ ਕੀਤੀ ਤੇ ਤੁਹਾਡੀ 9 ਮੈਂਬਰ ਕਮੇਟੀ ਨੇ ਗੁਰਮੀਤ ਸਿੰਘ ਪਾਰਟੀਏ ਨੂੰ ਆ ਕੇ ਤੇ ਅਸੀਂ ਸਰੂਪ ਉਹਦੇ ਕੋਲੋਂ ਪ੍ਰਾਪਤ ਕਰਨੇ ਹੀ ਉਹ ਵੀ ਰੁਕਵਾ ਦਿੱਤੇ ਪਈ ਇਹ ਸਰੂਪ ਕਿਸੇ ਨੂੰ ਦਿਓ ਨਾ ਤਾਡੀ ਨੌ ਮੈਂਬਰੀ ਨੇ ਕਮੇਟੀ ਨੇ ਇਹ ਕੰਮ ਕੀਤਾ ਜਿਹੜੇ ਅਗਲੇ ਅਸੀਂ ਤਿੰਨ 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 ਬੰਦਿਆਂ ਕੋਲੋਂ ਹੋਰ ਪ੍ਰਾਪਤ ਕਰਨੇ ਸੀ ਤੁਹਾਡੀ ਨੌ ਮੈਂਬਰੀ ਜਿਹੜੀ ਬਣਾ ਦਿੱਤੀ ਤੁਸੀਂ ਤੁਹਾਡੀ ਨੌ ਮੈਂਬਰੀ ਕਮੇਟੀ ਨੇ ਸਾਰਾ ਕੰਮ ਸਾਡਾ ਠੱਪ ਕਰ ਦਿੱਤਾ ਤੁਹਾਡੀ ਨੌ ਮੈਂਬਰੀ ਕਮੇਟੀ ਨੇ ਕੀ ਕੰਮ ਕੀਤਾ ਤੁਸੀਂ ਤਿੰਨਾ ਆ ਜਿਹੜੇ ਤਿੰਨ ਸਵਾਲ ਕੀਤੇ ਤੁਹਾਨੂੰ ਸਾਨੂੰ 328 ਰੂਪਾਂ ਦਾ ਸਾਨੂੰ ਇਹਦੇ ਬਾਰੇ ਦੱਸੋ ਸੰਗਤਾਂ ਜਵਾਬ ਮੰਗਦੀਆਂ ਤੇ ਇੱਕ ਜੋ ਥਮਿੰਦਰ ਆਨੰਦ ਨੇ ਜਿਹੜੀ ਛੇੜਛਾੜ ਕੀਤੀ ਸੈਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਇਹਦਾ ਜਵਾਬ ਦਿਓ ਇੱਕ ਤੁਹਾਡੀ ਨੌ ਮੈਂਬਰੀ ਕਮੇਟੀ ਨੇ ਕੀ ਕੰਮ ਕੀਤਾ ਵਾ ਕੀ ਅਗਲੇ ਅਗਲਾ ਨਿਰਣਾ ਲਿਆ ਵਾ ਜੇ ਅਸ ਸਾਨੂੰ ਸਾਨੂੰ ਇਹਨੇ ਰਿਕਾਵਟ ਪਾਈ ਹੈ ਤੁਹਾਡੀ ਨੌ ਮੈਂਬਰੀ ਕਮੇਟੀ ਨੇ ਇਹਨਾਂ ਕੀ ਇਹਨਾਂ ਗਾਂ ਉਹ ਗਾਂ ਤਿੰਨ ਬੰਦੇ ਫੜਿਆ ਇਹ ਸਾਨੂੰ ਦੱਸਿਆ ਜਾਵੇ ਸੰਗਤਾਂ ਸਾਡੇ ਕੋਲ ਜਵਾਬ ਮੰਗਦੀਆਂ ਵਾ ਤੇ ਇਹ ਹੱਥ ਜੋੜ ਕੇ ਬੇਨਤੀ ਆ ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਸਾਨੂੰ ਦੱਸਿਆ ਜਾਵੇ ਜੇ ਲੱਤਾਂ ਨਹੀਂ ਪਾਰ ਚਲਦੀਆਂ ਤੇ ਪਾਸੇ ਹਟ ਜਾਓ